ਵੀ ਲੋਕੀ ਤੇ ਜਾਂਦੀ ਪਈ ਹੈ ਲੋਕੀ ਤੇ ਕੱਪੜੇ ਧੋਵਾਂ अच्छा कपड़े तो जानी पीते या ना ले किते गया होई निताले मार के चाचा सुबह तो निकला है तो भूतना हुन निकला जंदरा मार के मैं तो कोई कोनी पूछा भी किते जांदा पे हां किते कुकर लड़ावण गए हो सी और तो नु काम है कोई नहीं बिल्लम ने एक गलत दस हां पूछ की यानी तेरा मगेतर भूतना भी ऐसे घर दे विच रहंदा है ते तुसी भी ऐसे घर च रहंदे ने ते तेनु उंदे कोल शर्म नहीं आंदी ना भाई ओ को घर है जंदे कोल मैं शर्मांदी वता हूं मेरा पितरेर है मोड़ भी भावे ओ तेरा पितरेर है बंदे ने थोड़ी बहुत ही तानी चाहिदी है ना मतलब तेन पसंद है दिल च रखी आदि मैं क्यों तेन दसा हाय हाय नी बिलो वेख लैंदा मतलब तेन मेरे ते यकीन नहीं है मैं केड़ा किसे नु दसदी पी मैनु दस दसी कौन है चलो मैं तेन दस तो छड़नी पर आगा किसे नु गल ना करे ना ना बिलो मैं किसे नु क्यों दसा तू मेरे ते एतमाद करके मैनु दसदी पी मेरा दिमाग खराब है मैं किसे नु ना लेसा लाई कटुआ हां जी साजी मेरा दिल बनया खला आपा सीधा चलिए नौमी कोलो ओथ जाके ओनु छेड़िए चलो जाना चाहिदा या नहीं जाना चाहिदा इस टाइम आपा इनु पाईया बिदाम खवा ले अगर इस अपने बिदाम दी लाज ना ना रखी ते शामी इन मोंजी को छड़ना चलो ठीक है ना ठीक है आ जा ई सिकंदर जी जना इरी सत तेरीया ऐत की बाजी वे जितना ही ते मैं वन टू फाइव लाते देवणा ही लेकिन तू इहदा मालिक है तेरी तारीफ करनी बनदी पता ही ना पिछली बारी की होया ओदो मेरा पठा ही ता लवा आई ओनू सही तरीके मैं तैयार ही नहीं कर सकया जेड़ा आ कुकड़े इस टाइम मेरे कोल इस तेरे कुकर दे छौड़े ला दे ने छौड़े मैं ता ना दो इना दे पैर खिला ना लई हुणे तन्नू पता लग जासी भी की शै लई बना ला इथे दो दो लाख रुपया ते आपा हुणे लड़ा लेने दो दो लाख रुपया आदी शक्ल वेख ते मोर दो लाख आखी पुत्र ओए गल शक्लां ते नहीं मुकदी बंदे च दिल लोवणा चाहिदा पैसा लावण वास्ते विखा गट्टू इनू पैसे दे दी अक्खी खुली रह जावे खूनो खून कर दे खूनो खून कर सी मैं कोई बलैला दा चूचा चाहिए खच जाइया नाल ही रोवन लग गए ओए गोलिया तेरे च इतनी औकात ना होवे कुकड़ा लड़ावण दी ते मेरे नाल पंगा ना लिया कर दा हुन ढिल्ला वेख पमदा है सिप्पी दे मुंह वाले आ ओए चगल किनु सदी खाचा तैनू ओए मैं किसे कावड़े ना तेज काट देवा अबे लगट्टू नाल ही रेस हो गई बना लवे मोटा बना लवे
ਬਈਆਂ ਰੋਟੀਆਂ ਖਾਣਿਆ ਚੱਲ ਨਿਕਲ ਜਾ ਮਾਨ ਤਨ ਕੇ ਗੱਲ ਕੀਤੀ ਹੈ ਨਿਕਲ ਜਾ ਖੱਚ ਜਈਆ ਹੁਣ ਮੈਨੂੰ ਮਾਰ ਤਾਂ ਲਈ ਹੈ ਨਾ ਐਡਾ ਸ਼ੋਖਾ ਨਾ ਹੋਵੇ ਜਿਤਨੇ ਤੱਕ ਮੈਂ ਤੇਰੇ ਕੋਲ ਬਦਲਾ ਨਾ ਨਾ ਲਿਆ ਤਾਂ ਮੈਂ ਆਪਦਾ ਪਿਓ ਦਾ ਹੀ ਨਹੀਂ ਆਵਾਂ ਮੈਂ ਅਗਰ ਤੇਰਾ ਸ਼ੌਂਕ ਪੂਰਾ ਕਰਾਂ ਆ ਦੰਨੀ ਦੇ ਸਾਹ ਨਾ ਓਏ ਗੱਟੂ ਏ ਮੇਰੇ ਕੋਲ ਹੁਣ ਮਰੂ ਵਈ ਇਹਨੂੰ ਇੱਕ ਬਕਵਾਸ ਬੰਦ ਕਰ ਲਵੇ ਆਪਾਂ ਫੜਨਾ ਲਈਆ ਇਹਨੂੰ ਨਹੀਂ ਹੁਣ ਨਹੀਂ ਫੜਨਾ ਮੋੜ ਕਦੀ ਨੌਮੀ ਚੁਕੰਨਾ ਰਮੀ ਮਾ ਤੇਰੇ ਤੇ ਫੇਰਾ ਪਾਵਣਾ ਆਈ ਓਏ ਆਪਾਂ ਕਿਹੜੇ ਦੂਰ ਖਲੇ ਔਰ ਆ ਜਾ ਹੱਥਾਂ 'ਚ ਹੱਥ ਪਾ ਲਾ ਪਤਾ ਲੱਗ ਜਾਸੀ ਬੰਦੇ ਕਮੰਦੇ ਦਾ ਲਾਖ ਦੀ ਲਾਨਾ ਤੈ ਆ ਬਰਾ ਬੰਨਣ ਵਾਲੇ ਸੂਏ ਆ ਕੁੱਕੜ ਮੇਰੇ ਨਾਲ ਲੜਾ ਨਹੀਂ ਸਕਿਆ ਤੇ ਨਾਲ ਹੀ ਰੇਸ ਹੋ ਗਈਆਂ ਖਲੋ ਤੇਰੀ ਐਸੀ ਦੀ ਟੈਸੀ ਗੱਟੂ ਭੱਜਣ ਵਾਲੀ ਗੱਲ ਕਰ ਜੁੱਤੀ ਦੀ ਤਾਂ ਖੈਰ ਸੱਲਾ ਜੁੱਤੀ ਤਾਂ ਮੈਂ ਨਵੀਂ ਲੈ ਲਈ ਸੱਤੇ ਨਾਲ ਬੜਾ ਨਹੀਂ ਬੈਣ ਨਹੀਂ ਸੋਣਾ ਤੈਨੂੰ ਜੋ ਪਤਾ ਭਈਆ ਕਲਰ ਵਾਲੀ ਬੋਏ ਉਥ ਗੋਆ ਚਾ ਕੇ ਤੇ ਤਾਂ ਫੇਰ ਚ ਮੋੜ ਮਿੱਟੀ ਉਫਲਦੀ ਰਹਿੰਦੀ ਮੈਂ ਸੁਪਰੀ ਨੂੰ ਆਖਿਆ ਭਈ ਇੱਥੇ ਗੜਮਾਲਾ ਮਾਰਚਾ ਮੈਨੂੰ ਨਹੀਂ ਮਾਰਨ ਆਂਦਾ ਉਹ ਆਖਦੀ ਭਈ ਮੈਂ ਮੱਟੀ ਬਣਾ ਕੇ ਲਾ ਦਿੰਦੀ ਉਹ ਬਾਲੜੀ ਅਗਲੇ ਮੂੰਹ ਵਾਲੀ ਉਹਨੂੰ ਗੜਮਾਲਾ ਮਾਰਨਾ ਆਂਦਾ ਤੂੰ ਇਹ ਗੱਲ ਛੱਡ ਤੇ ਜਾ ਕੇ ਤੇਲ ਲਾਇਆ ਤੇਲ ਹੈ ਕੋਈ ਨਹੀਂ ਆਪਾਂ ਪੱਠੇ ਕੇ ਦੇ ਨਾਲ ਕੁਤਰੂ ਆਏ ਲੈ ਲੈਣੇ ਬਾਊਆ ਮੈਂ ਦੁੱਧ ਕੋ ਮੰਗਿਆ ਨੇ ਪੈਸੇ ਉਹ ਸਕੇ ਪੇਮੈਂਟ ਹੋ ਗਣੀ ਬੋਧ ਨੂੰ ਤੇ ਬੋਧ ਨੂੰ ਤੁਹਾਨੂੰ ਪੈਸੇ ਲੱਭ ਸੇ ਕੋ 500 ਰੁਪਇਆ ਮੈਂ ਦੇਵਾਂ ਨਾ ਮੈਂ ਪੀਟਰ ਜੋਗਾ ਤੇਲ ਲਿਆ ਕੇ ਪੱਠੇ ਕੁਤਰਨੇ ਨੇ ਪਿਛਲੇ ਟਾਈਮ ਜੋਗੇ ਹਾਂ ਹਾਂ ਪੱਠੇ ਜ਼ਰੂਰੀ ਆ ਭਾਈ ਲਾਡ ਪਿਆਰ ਜਿਹੜਾ ਨਾ ਮੈਨੂੰ ਤਾਂ ਫਨਾ ਕੀਤੀ ਖੜਾ ਆਹ ਇੱਕ ਨੋਟ ਫਿਰਦਾ ਹੀ ਲੈ ਤੂੰ ਵੀ ਲੈ ਲੈ ਮਰ ਜਾਣੀ ਦੇਖਿਆ ਦੇਖਿਆ ਇਵੇਂ ਸਮਝੀ ਬਈ ਹੋਟਲ ਤੇ ਬਾਹ ਕੇ ਕਿਸੇ ਬੇਲੀ ਨੂੰ ਮੈਂ ਸਮੋਸੇ ਖਵਾਇਆ ਨੇ 500 ਦੇ ਉਹ ਦਿੱਤੀ ਤਾਂ ਖੜਾ ਹੁਣ ਗੱਲ ਸੁਣ ਲੈ ਮੈਂ ਜਾਊਂਗਾ ਕਿਦਾਂ ਕੰਮ ਉਹ ਬੈਣ ਸਨਮ ਜਿਹੜਾ ਵਾਲਾ ਮੇਰਾ ਚਿੱਟਾ ਲੱਠੇ ਦਾ ਸੂਟ ਉਹਨੂੰ ਧੋ ਕੇ ਹਲਕਾ ਜਿਹਾ ਮਾਇਆ ਲਾ ਕੇ ਜਿਵੇਂ ਸੁੱਕਦੇ ਜਾਵਾਂ ਨਾਲ ਹੀ ਪ੍ਰੈਸ ਕਰ ਦੇਵੀ ਮੈਂ ਪਾ ਕੇ ਕਿਧਰੇ ਕੰਮ ਜਾਣਾ ਮੈਂ ਭਾਊ ਉਹ ਤਾਂ ਮੈਂ ਧੋ ਕੇ ਮਾਇਆ ਲਾ ਕੇ ਅੰਦਰ ਬਾਰਿਸ਼ ਟੰਗੇ ਹੋਏ ਨੇ ਜਾ ਕੇ ਵੇਖਾਂ ਭਲਾ ਵੇਖਣ ਦੀ ਕਿਹੜੀ ਜ਼ਰੂਰਤ ਹੈ ਹਲਕਾ ਜਿਹਾ ਪਾਣੀ ਲਾ ਕੇ ਪ੍ਰੈਸ ਕਰ ਦੇ ਮੈਂ 3 ਵਜੇ ਕੰਮ ਜਾਣਾ ਕੋਈ ਜ਼ਰੂਰੀ ਕਿਹਦੇ ਜ਼ਰੂਰੀ ਕੰਮ ਤੂੰ ਜਾਊਂ ਹੈ ਤੇਰਾ ਕੋਈ ਬਿਜ਼ਨਸ ਚੱਲਦਾ ਪਿਆ ਜਿਹੜੀ ਤੇਰੀ ਮੀਟਿੰਗ ਹੈ 3 ਵਜੇ ਉਹ 3 ਵਜੇ ਬਿਜ਼ਨਸ ਨਾਲ ਵੀ ਜ਼ਰੂਰੀ ਕੰਮ ਹੈ ਮੈਨੂੰ ਜਿੱਥੇ ਮੈਂ ਜਾਣਾ ਹੈ ਚਲੋ ਭਾਉ ਜਿਵੇਂ ਦੇ ਲਿਓ ਮੈਂ ਕਰਦਾ ਬਾਤ ਤੇ ਹੁਣ ਉਹ ਮੇਰੇ ਖਿਆਲ ਵਿੱਚ ਸਕੂਟਰ ਵਾਲਾ ਤਾਂ ਵਗ ਗਿਆ ਕਿਹਦੇ ਕੋਲ ਛਿਪਰਾ ਲਾਉਂ ਹੈ ਧਨੀ ਮੈਂ ਕਮੀਜ਼ ਜਾਣਾ ਮੋੜ ਮੈਂ ਤੇ ਯਾਦ ਐਸਾ ਮੈਨੂੰ ਰੰਗ ਦੱਸ ਦੇਵੀਂ ਬਰਜਾਈ ਮੈਂ ਦੁਪੱਟਾ ਲੈਣਾ ਖੱਟੇ ਕਲਰ ਦਾ ਧੈ ਅੱਗੇ ਤੈਨੂੰ ਜ਼ਰਕਾਨ ਹੈ ਉੱਤੋਂ ਆਂਦੀ ਪਈ ਮੈਨੂੰ ਖੱਟੇ ਰੰਗ ਦਾ ਛਿਪਰਾ ਲੈ ਦੇ ਅੰਬ ਬਣੂ ਹੈ ਮੈਨੂੰ ਜ਼ਰਕਾਨ ਨਹੀਂ ਹੈ ਇਹ ਬੇਸ ਲਾਈ ਵਧੀਆ ਤਾਂ ਖੱਟਾ ਮਲੂਮ ਆਉਂਦਾ ਪਿਆ ਰੰਗ ਮੇਰਾ ਹੁਣ ਛੱਡ ਇਹਨਾਂ ਗੱਲਾਂ ਨੂੰ ਜਾ ਕੇ ਭਾਉਜ ਅੱਗੇ ਦੇ ਕੱਪੜੇ ਪ੍ਰੈਸ ਕਰ ਚਾ ਕੱਪੜੇ ਤੇ ਮੈਂ ਪ੍ਰੈਸ ਕਰ ਦਨੀ ਹੈ ਬਾਉ ਜੀ ਦਾ ਜਾਂਦਾ ਪਿਆ ਨਾ ਤਾਂ ਜਲਦੀ ਮੋੜ ਤੇ ਆ ਜਾਵੇਂ ਸਹੀ ਹੈ ਆ ਜਾ ਸਾ ਤੂੰ ਟੈਨਸ਼ਨ ਨਾ ਲੈ ਚੰਗਾ ਯਾਰ ਮੈਂ ਵੀ ਚੱਲਣਾ ਫਿਰ ਹੈ ਚੱਲ ਅੱਲਾਪਾ ਫੇਰ ਨਾ ਲੈ ਦੇਖ ਲੋ ਜਾ ਕੇ ਤੇਲ ਲਾਇਆ ਆਪਾਂ ਪੱਠੇ ਕੁਤਰ ਲਈਏ ਤੇਲ ਵੀ ਲਾਇਆ ਨਾ ਤਾਂ ਮੈਨੂੰ ਪੁਰਾਣੀਆਂ ਥੀੜੀਆਂ ਦੇਵੇ ਨਾ ਮੋੜ ਮੈਂ ਪੱਠੇ ਉਤੂ ਲਗਾ ਵੱਡੀ ਲੈ ਉਸਾ ਐ ਤਾਂ ਗੋਲ ਹੋ ਜਾ ਸੰਸਾਵੇ ਨਾਲ ਆ ਜ ਨਾਲ ਗੱਦ ਦਿੰਨੀ ਆ ਜੱਗੇ ਸਾਹਿਬ ਹੋਰਾਂ ਨੂੰ ਇਹ ਤਾਂ ਕਹਿ ਨਹੀਂ ਬੇ ਨਾਲ ਲਾ ਕੇ ਪੱਠੇ ਵਟਾ ਲਈਏ ਅਸੀਂ ਵਾਗੇ ਕ ਲੈ ਕੇ ਬੰਨ ਛੱਡਿਆ ਇਸੋ ਪੁੱਤਰਾ ਕਿਵੇਂ ਸਿਰ ਸੱਟੀ ਉਹਨਾਂ ਕਿਹੜੀ ਪਰੇਸ਼ਾਨੀ ਹੈ ਨੌਮੀਨੇ ਨੂੰ ਸੱਟੀਆਂ ਹਨ ਨੌਮੀਨੇ ਨੂੰ ਕਿਉਂ ਸੱਟੀਆਂ ਨੇ ਇਹਨੇ ਉਹਦਾ ਕੀ ਵਿਗਾੜਿਆ ਸਾਡੇ ਨਾਲ ਕੁੱਕੜ ਲੜਾਉਂਦਾ ਹੈਗਾ ਜੀ ਤੇ ਅਸੀਂ ਪੈਸਿਆਂ ਦੇ ਲਾਇਆ ਗਿਆ ਤੇ ਮੁੜ ਕੇ ਨੌਮੀਆਂ ਦੇ ਬੱਕੀ ਪੈ ਗਿਆ ਰੇਸ ਹੋ ਕੇ ਤੇ ਉਹਨੇ ਇਹਨੂੰ ਮਾਰਿਆ ਹੈਗਾ ਪੁੱਤਰਾ ਚੱਲ ਮੇਰੇ ਨਾਲ ਜੇ ਉਹਨੂੰ ਮੈਂ ਕੱਚੇ ਨਾ ਖਾਦਾ ਤਾਂ ਮੇਰਾ ਮੁਕਾਬਲਾ ਕਰ ਦੇਵੀ ਨਹੀਂ ਛੱਡ ਪਰਾ ਯਾਰ ਕਦੀ ਕੋ ਮੇਰੇ ਕੋਲ ਟਾਈਮ ਲੱਗਾ ਨਾ ਤੇ ਮੈਂ ਉਹਦੇ ਕੋਲ ਚੋਣ ਚੋਣ ਕੇ ਬਦਲ ਲੈ ਸਾਂ ਮੇਰਾ ਫਦਾ ਫਕੀ ਉਹ ਡਰ ਨਾ ਮੈਂ ਤੇਰੇ ਨਾਲ ਆ ਤਨ ਪਿਆ ਨਾ ਨਾ ਉਹਨੂੰ ਮੈਂ ਚੌਂ ਕੇ ਖਵਾ ਕੇ ਲਿੱਤਰ ਮਾਰ ਸਾਂ ਨਹੀਂ ਰਾਂ ਦੇ ਫਾਇਦਾ ਕੋਈ ਨਹੀਂ ਹੁਣ ਮੈਂ ਉਹਨੂੰ ਮਾਫ ਕੀਤੀ ਕਰਾਂ ਨਾ ਵਕਤੀ ਤੌਰ ਤੇ ਮੈਂ ਉਹਨੂੰ ਮਾਫ ਹੀ ਕਰਾਂ ਬੋਤਲਾ ਤੂੰ ਉਹਨੂੰ ਮਾਫ ਕੀਤੀ ਕਰਾਂ ਨਾ ਉਹ ਮੇਰਾ ਖੂਨ ਪਿਆ ਖੌਲਦਾ ਮੈਂ ਉਹਨੂੰ ਮਾਫ ਨਹੀਂ ਕਰਨਾ ਮੈਂ ਉਹਦੀ ਜਾ ਕੇ ਬੋਟੀਆਂ ਕਰਸਾ ਤੂੰ ਮੇਰੇ ਮਾਮੇ ਦਾ ਪੋਤਰਾ ਤੈਨੂੰ ਇਤਨੀ ਤਕਲੀਫ ਹੁੰਦੀ ਪਈ ਏ ਇਤਨੀ ਮੈਨੂੰ ਖੁਦ ਨੂੰ ਕੋਈ ਨਹੀਂ ਜਿਤਨਾ ਤੂੰ ਤੜਫਦਾ ਖਾਲਾ ਉਹ ਬੋਤਲਾ ਮੈਂ ਬੇਲੋਸ ਤੇਰੀ ਇੱਜ਼ਤ ਕਰਨਾ ਮੈਨੂੰ ਕੋ ਤੇਰੇ ਨਾਲ ਲਾਲਚ ਨਹੀਂ ਹੈ ਬਲਕਿ ਮੇਰੀ ਜੇਬ ਦੇ ਵਿੱਚ ਕੋ 1.5 ਲੱਖ ਰੁਪਇਆ ਲਾਣਾ ਪਿਆ ਤਾਂ ਮੈਂ ਉਹ ਵੀ ਲਾਵਣ ਨੂੰ ਤਿਆਰ ਆ ਤਾਂ ਇਹ ਲੱਗਦਾ ਮੈਨੂੰ ਭਾਈ ਆ ਪੂਰਾ ਬੰਦਾ ਲੱਗਦਾ ਤੇ ਇਹਦੇ ਨਾਲ ਰਲ ਕੇ ਨਾ ਅਟਨੋਮੀ ਕੋਲੋਂ ਬਦਲਾ ਲੈ ਲਈਏ ਆਪਾਂ ਓਏ ਬੁੱਤਰੇ ਸਹੀ ਆਂਦਾ ਪਿਆ ਤੂੰ ਕਿਉਂ ਡਰਨਾ ਜਦੋਂ ਮੈਂ ਤੇਰੀ ਕਾਂਡ ਤੇ ਆ ਉਹਨੇ ਤੈਨੂੰ ਧੱਪੇ ਨਹੀਂ ਮਾਰੇ ਐਵੇਂ ਸਮੇਂ ਮੈਨੂੰ ਮਾਰੇ ਸੋ ਓਏ ਹੁਣ ਤੂੰ ਤਾਂ ਮੈਨੂੰ ਨਾ ਘੁੰਮਣ ਗੇੜੀਆਂ 'ਚ ਗੱਤਦੀ ਖਾਲਾਂ ਹੁਣ ਮੇਰਾ ਦਿਲ ਨਹੀਂ ਮੰਨਦਾ ਪਿਆ ਮੈਂ ਕਰਾਂ ਤੇ ਕਰਾਂ ਕੀ ਉਹਨੂੰ ਕੁੱਟਣ ਜਾਵਾਂ ਜਾਂ ਅਗਾ ਕਿਦਾਂ ਜਾਵਾਂ ਉਹ ਅਗਾ ਨਹੀਂ ਜਾਣਾ ਤੈਨੂੰ ਮੈਂ ਪਿਆਰਾ ਤੂੰ ਮੇਰੇ ਨਾਲ ਚੱਲ ਉਹਨੂੰ ਮੈਂ ਆ ਮਾਰ ਸੌਂਦੀ ਮੈਂ ਵਾਛਾ ਹੱਥ ਪਾ ਦੇ ਵਾਛਾ ਨਾਨਾ ਚੇਰੀਆਂ ਤੇ ਮੈਨੂੰ ਜੱਗਾ ਹੀ ਨਾ ਆਖੇ ਹੁਣ ਆਪਾਂ ਇੱਕ ਰਹਿਣਾ ਇੱਕਰ ਚੱਲਣਾ ਮੇਰੇ ਘਰ ਉੱਥੇ ਕੁੱਕਰ ਨੂੰ ਵੀ ਛੱਡ ਲੈਣਾ
ਉੱਥੇ ਜਾ ਕੇ ਕੋਈ ਚਾਹ ਪਾਣੀ ਵੀ ਪੀ ਲਈਏ। ਉਸ ਤੋਂ ਬਾਅਦ ਨੌਮੀ ਨੂੰ ਮੈਂ ਵਿਲਾ ਚੜਾ ਕੇ ਕਿਦਾਂ ਸਦਾਈ ਸਾਂ, ਉੱਤੋਂ ਤੂੰ ਆ ਜਾਵੇਂ, ਉਹਦੀ ਆਪਾਂ ਰਲ ਕੇ ਫੇਕ ਕੱਢ ਸਾਂ। ਮੁੜ ਮੈਨੂੰ ਪਤਾ ਲੱਗ ਸੀ ਤੂੰ ਮੇਰੇ ਤਾਂ ਤੁਲਣਾ ਜਾਂ ਨਹੀਂ ਉਤੁਲਦਾ। ਉਹ ਪੁੱਤਰਿਆ ਚਾਹ ਪਾਣੀ ਤੂੰ ਛੱਡ, ਉੱਥੇ ਮੁਰਗਾ ਘਰੇ ਚੜੀਏ ਤੇ ਤੱਤੇ ਸਾਂ ਆਪਾਂ ਨੌਮੀ ਦੇ ਮਗੇ ਰੋਵੀਏ। ਚੱਲ ਟੁਰ ਮੁੜ ਆ ਜਾ। ਨਹੀਂ ਬਿੱਲੋ ਦੇ, ਮੈਨੂੰ ਤਾਂ ਖਾਬਾ ਰਾਇ ਜਾਂਦੇ, ਨਿੱਬੂ ਨਾ ਲਾਇਆ ਵਾਂ ਤੇ ਮੈਂ ਲਈ ਆਪਾਂ ਸਕੰਜਵੀ ਬਣਾ ਕੇ ਮਾਵਾਂ ਦੀਆਂ ਪੀ ਲੈਂਦੀਆਂ। ਚਲੋ ਪਾਣੀ ਲਿਆ ਰੱਖੀ ਤੇ ਮੈਂ ਛੇਤੀ ਲੈ ਕੇ ਹਟ ਸਾਂ। ਮੈਂ ਤਾਂ ਪਾਣੀ ਲਿਆ ਸਾਂ, ਤੂੰ ਹਟਣ ਕਰੀ, ਜਿੱਥੇ ਜਾਂਦੀ ਮੇਰੀ ਮਾਂ ਜੱਟ ਬਾਹਰ ਆਉਂਦੀ। ਅੱਬਾ ਮੇਰਾ ਕੋਈ ਨੀ ਪਤਾ, ਕੋਈ ਨੀ ਪਤਾ ਨਿਕਲ ਗਿਆ ਕਿਦਾਂ। ਚਲੋ ਅਸੀਂ ਕਰ ਦੋ ਤਰ੍ਹਾਂ ਪਿਆਲੀਆਂ ਚਾਹ ਦੀਆਂ ਬਣਾ। ਨਾ ਚਾਹ ਨੀ ਪੀਣੀ, ਮੇਰੇ ਨਾਲ ਚੱਲ, ਉਨਾ ਚਿਰ ਮੈਨੂੰ ਸਕੂਨ ਨੀ ਪਿਆ ਜਿੰਨਾ ਚਿਰ ਉਹਦੀਆਂ ਮੈਂ ਲੱਤਾਂ ਨਾ ਤੋੜ ਲਵਾਂ। ਉਹ ਇੱਕ ਵਾਰੀ ਠੱਡਾ ਤੋ, ਤੂੰ ਤਾਂ ਕੰਮ ਨੂੰ ਤਾਂ ਹੀ ਖਲਾਂ ਬੜਿਆ। ਆਹ ਕਹਿੰਦੀ ਲੱਤਾਂ ਤਰੋੜੂਵੇ ਤੇ ਕੌਣ ਹੈ ਭਾਈਆ? ਓਏ ਆਪਣੇ ਪਿੰਡ ਦਾ ਹੀ ਇਹ, ਕੋਈ ਬਾਹਰ ਦਾ ਨਹੀਂ। ਐ ਨੌਮੀ ਨੀ ਲਵਾਰਾਂ ਦਾ ਛੂਰ, ਉਹ ਮੇਰੇ ਨਾਲ ਇਹ ਲੜਿਆ ਤੇ ਬਣੇ ਹੋਇਆ ਮੇਰਾ ਯਾਰ। ਇਹ ਹੁਣ ਮੈਨੂੰ ਆਂਦਾ ਆਪਾਂ ਰਲ ਕੇ ਉਹਦੇ ਕੋਲ ਬਦਲਾ ਲੈਣਾ ਤੇ ਮੈਨੂੰ ਚਾਹ ਦੀ ਪਿਆਲੀ ਬਣਾ ਦੇ, ਮੈਂ ਜਾਵਣਾ ਉਦੇ। ਚਾਹ ਤਾਂ ਮੈਂ ਬਣਾ ਦੇਣੀ ਆ, ਖੰਡ ਮੁੱਕੀ ਪਈ ਏ। ਮੇਰੀ ਮਾਂ ਗਈ ਵੀ ਦੀ ਦੁਕਾਨ ਤੇ ਨਿੱਬੂ ਲਵਣ, ਉਹਦੇ ਮਗਰੇ ਬੰਨਾ ਜਾ, ਉਹਨੂੰ ਆਖ ਬਈ ਖੰਡ ਵੀ ਲਈ ਆਵੇ, ਅਸੀਂ ਚਾਹ ਬਣਾਵਾਂ। ਤੇ ਨਿੱਬੂ ਨੂੰ ਕੀ ਕਰੂ? ਉਹ ਸਕੰਜਵੀ ਬਣਾ ਕੇ ਪੀਊਂਗਾ। ਬਸ ਉਹ ਮੁੜ ਸ਼ਿਕਵੰਜੀ ਵੀ ਵਾਹ ਵਾ ਸਾਰੀ ਬਣਾ ਲਓ ਤੇ ਚਾਹ ਨੂੰ ਰਾਣ ਦੇਵੋ। ਉਹ ਗੱਟੂ ਦੁਕਾਨ ਤੇ ਵੱਜਾ ਜਾ, ਮੇਰੀ ਸੱਸ ਗਈ ਵਧੀਏ, ਉਹਨੂੰ ਆਖੀ ਅੱਧਾ ਕਿਲੋ ਖੰਡ ਵੀ ਲਈ ਆਵੇ। ਚਲੋ ਆਪ ਪੱਠਾ ਅੰਦਰ ਰੱਖੋ, ਜਲਦੀ ਆਵੇ। ਬਰਾਬਰ ਹੈ, ਪਰੇਸ਼ਾਨ ਹੋ ਤੇਰਾ ਆਪ ਦਾ ਘਰ। ਮੈਨੂੰ ਪਤਾ ਘਰ ਤੱਕ ਲੈ ਜਾਏਗਾ ਤੇ ਮੈਂ ਤੈਨੂੰ ਸਾਲੇ ਨਾਲ ਮਿਲ ਲਾਂਗਾ। ਇਹ ਜੋ ਕੁਝ ਵੀ ਹੋ ਰਿਹਾ ਤੇਰੀ ਖਾਤਰ। ਅੱਛਾ, ਇਹ ਤਾਂ ਬੜਾ ਚੰਗਾ ਕੀਤਾ ਏ, ਤੇ ਹੁਣ ਨਾ ਸੰਦ ਬਾਰੇ ਕੀ ਸੋਚੀ ਬਣਾਏ? ਉਹ ਮੇਰੀ ਤਾਂ ਤਿਆਰੀ ਹੈ, ਮੈਂ ਘਰੇ ਕਹਿ ਆਇਆ ਮੇਰੇ ਕੱਪੜੇ ਪ੍ਰੈਸ ਕਰੋ, ਮੈਂ 3 ਵਜੇ ਨਹਾ ਧੋ ਕੇ ਕੱਪੜੇ ਪਾ ਕੇ ਆਇਆ ਤੇ ਅੱਜ ਦੋਵੇਂ ਆਪਾਂ ਨਿਕਲ ਜੀ। ਮੈਨੂੰ ਸਾਰੀ ਜ਼ਿੰਦਗੀ ਛੱਡਦਾ ਤੇ ਨਹੀਂ ਹੈ। ਹਾਏ, ਇਹ ਤੈਨੂੰ ਛੱਡੇ ਜਾਂ ਨਾ ਛੱਡੇ, ਤੈਨੂੰ ਮੈਂ ਨਹੀਂ ਛੱਡੇਂਦਾ। ਉਹ ਹਰਾਮ ਦਿਆ ਤੂੰ ਦਾਤ ਆਇਆ ਮੇਰੇ ਘਰ। ਇਹ ਕੀ ਹੁੰਦਾ ਪਿਆ ਏ? ਉਹ ਯਾਰ ਕੁਛ ਵੀ ਨਹੀਂ, ਐਵੇਂ ਦਿਲ ਤੇ ਗੱਲ ਲੈ ਗਿਆ ਮੇਰੀ ਸਾਈਡ ਤੋਂ ਤੇ ਗੱਲ ਤਾਂ ਸੁਣ ਲੈ ਕਰੀ, ਉਸ ਤੋਂ ਬਾਅਦ ਮੇਰੇ ਬੇਸ਼ੱਕ ਇੱਥੇ ਟੁਕੜੇ ਕਰ ਦੇਵੀ, ਮੈਂ ਤੇਰੇ ਗੁਨਾਹ ਹੀ ਬੋਲਾਂਗਾ। ਟੁਕੜੇ ਤਾਂ ਤੇਰੇ ਹੋਣੇ ਹੀ ਹੋਣੇ, ਤੇਰੇ 'ਚ ਗੈਰਤ ਹੀ ਕੋਈ ਨਹੀਂ, ਤੂੰ ਮੇਰੀ ਮੰਗੇਤਰ ਦੇ ਇੱਥੇ ਜਾਤ ਪਾ ਕੇ ਬੈਠਾ। ਉਹ ਐਸੀ ਕੋਈ ਗੱਲ ਨਹੀਂ, ਸਾਈਡ 'ਚ ਹੋ ਤੇ ਮੇਰੀ ਗੱਲ ਤਾਂ ਸੁਣ ਲੈ। ਸੁਣਾ ਅੱਗੂ ਲੱਗ। ਹਾਂ ਭੋਕ ਓਏ ਅੰਦਰ ਮਾਰ, ਓ ਬੂਆ ਖੋਲ ਓਏ ਭੋਕ। ਆਪਾਂ ਬਿੱਲੋ ਨਿਕਲੀਏ, ਪਹਿਲੇ ਤਾਂ 3 ਵਜੇ ਜਾਣਾ ਨਾ, ਹੁਣ ਸਿਰ ਲੈ ਚੱਲੀਏ। ਜੱਗਾ ਮੈਂ ਤਾਂ ਗੜੇ ਤੇ ਚੜ ਗਿਆ, ਹੁਣ ਕੱਪੜੇ ਕਿਦੋਂ ਚਾਹਵਾਂ? ਉਹ ਕੱਪੜੇ ਦਫਾ ਕਰ, ਉੱਥੋਂ ਲੈ ਲਸਾਂ, ਉਹਨਾਂ ਦਾ ਕੋਈ ਹੋਰ ਆ ਤੇ ਆਪਾਂ ਇੱਥੇ ਬੰਨਤਾ ਹੀ ਨਿਕਲਣ ਕਰ। ਉਹ ਹਰਾਮ ਦੇ ਬੂਆ ਖੋਲ, ਤੂੰ ਮੇਰੀ ਮੰਗੇਤਰ ਲੈ ਕੇ ਨੱਸਾ ਜਾਣਾ ਕੁੱਤੇ ਦੇ ਪੋਤਰਾ। ਬਿੱਲੋ ਭੱਜ ਭੱਜ, ਆ ਮਗਰੂ ਕਿਦਾਂ ਪਾਉਂਦੇ ਨਹੀਂ ਤੇ ਫੜਦੇ ਨਹੀਂ, ਹੁਣ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ ਬਿੱਲੋ। ਜੱਗਾ ਮਿਹਨਤ ਬਗੈਰ ਤਾਂ ਪੂਤਨਾ ਨਹੀਂ ਵੀ ਰਹਿ ਸਕਦਾ ਜਿਹਨੂੰ ਆਪਾਂ ਅੰਦਰ ਠੱਕ ਕੇ ਆ ਗਏ। ਓਏ ਉਹਨੂੰ ਦਫਾ ਕਰ, ਉਹਨੂੰ ਠੱਕ ਕੇ ਆਇਆ ਨਾ, ਹੁਣ ਦਿਲ ਨਾ ਛੱਡ, ਭੱਜ ਜਾਏਗਾ, ਹਿੰਮਤ ਨਾ ਹਾਰ। ਮੇਰੀ ਜਿੱਥੇ ਤੈਨੂੰ ਜੱਗਾ ਟੱਕਰ ਜਾਵੇ ਨਾ, ਤੂੰ ਉਹਨੂੰ ਫੈਰ ਮਾਰ ਛੱਡੀ, ਅਸੀਂ ਤੈਨੂੰ ਨਹੀਂ ਪੁੱਛਣਾ ਬਈ ਤੂੰ ਇਹ ਕੀ ਕੀਤਾ। ਜੇ ਸਾਨੂੰ ਉਹ ਟੱਕਰ ਗਿਆ ਨਾ, ਅਸੀਂ ਤੁਹਾਡੇ ਸਾਹਮਣੇ ਉਹਨੂੰ ਫੈਰ ਮਰਸਾਂ, ਭਾਵੇਂ ਮੇਰਾ ਵੱਡਾ ਵੀਰਾ। ਮੇਰਾ ਪੁੱਤ ਤੁਸੀਂ ਤਾਂ ਮੇਰੇ ਸਭ ਹੋਏ ਨਾ, ਇੱਕ ਵਾਰੀ ਮੇਰੇ ਸਾਹਮਣੇ ਆਵੇ ਜੇ ਮੈਂ ਟੋਟੇ ਟੋਟੇ ਨਾ ਕਰਾਂ ਤਾਂ ਮੁੜ ਮੇਰਾ ਨਾਂ ਵਟਾ ਛੋੜੀ। ਤੇ ਹੋਰ ਕੀ ਆ, ਮੈਂ ਤਾਂ ਵੈਸੇ ਨਿਗਰਾਨ ਆਉਂਦਾ ਪਿਆ ਬਈ, ਇਹ ਸ਼ਰੀਫਾਂ ਦਾ ਪਿੰਡ ਤੇ ਉਹ ਬੇਗੈਰਤ ਕੀ ਕਰਕੇ ਵਗ ਗਿਆ? ਇਹ ਚੰਗੀ ਬੇਗੈਰਤੀ ਉਹਦੀ, ਉਹਦੀ ਤੱਕ ਹੀ ਨਹੀਂ ਪਈ ਸਾਥ ਵੀ ਮੇਰੀ ਨਾਂ ਉਹਨੂੰ ਲੈ ਕੇ ਨਸ ਗਈ ਹੈ। ਚਾਚਾ ਜੱਗੇ ਕੀਤਾ ਤਾਂ ਵਾਧਾ, ਪਰ ਜਿਹੜੀ ਸ਼ੋਕੀ ਗੱਲ ਕੀਤੀ ਹੈ ਨਾ, ਅਸੀਂ ਆਪਣੀ ਗੱਲ ਤੇ ਕਾਇਮ ਹੈਗੇ ਆ। ਅਗਰ ਤੁਹਾਨੂੰ ਮੋੜ ਵੀ ਲੱਗਦਾ ਨਾ ਬਈ ਇਹ ਆਦੇ ਵਿਰਾਹ ਨਾਲ ਰਲਿਆ ਹੋਇਆ, ਤੁਸੀਂ ਇਹਨੂੰ ਆਦੇ ਨਾਲ ਰੱਖੋ, ਜਿੱਥੇ ਤੁਹਾਨੂੰ ਲੱਭ ਜਾਵੇ ਤੁਸੀਂ ਉਹਨੂੰ ਬੇਸ਼ੱਕ ਫੈਰ ਮਾਰ ਦਿਓ, ਅਸੀਂ ਦੋਵੇਂ ਜੀ ਨਹੀਂ ਪੁੱਛਦੇ। ਬਹੁਤ ਸ਼ੌਕੀ ਇਵੇਂ ਕਰ ਇਹਨਾਂ ਦੇ ਨਾਲ ਰਲ, ਦੇ ਰਾਤ ਹੇਕ ਕਰ ਦੇ ਜੱਗਾ, ਜਿੱਥੋਂ ਲੱਭੀ ਉਹਨੂੰ ਲੱਭ ਕੇ ਇਹਨਾਂ ਦੇ ਹੱਥ ਦੇ। ਤੇ ਚਾਚਾ ਗੱਲ ਸੁਣ ਮੇਰੀ, ਜਿਸਲੇ ਜਸ ਨਾ ਦੋਵੇਂ ਲੱਭ, ਆਦੇ ਵਾਲੀ ਛੋਰ ਨਹੀਂ ਮਾਰ ਦੇਵੇ ਤੇ ਸਾਡੇ ਵਾਲੇ ਨਹੀਂ ਮਾਰ ਛੱਡੇ। ਲੈ ਇਹ ਤੂੰ ਬੜੀ ਗੱਲ ਕੀਤੀ ਖਲੀਏ, ਮੈਂ ਆਪਦੀ ਮੰਗੇਤਰ ਨੂੰ ਕੋਈ ਨਹੀਂ ਮਾਰਨਾ, ਮੈਂ ਉਹਦੇ ਨਾਲ ਬੜਾ ਪਿਆਰ ਕਰੇਨਾ, ਉਸ ਇਵੇਂ ਨਸ ਕੇ ਕੋਈ ਨਾ ਹੀ ਜਾਵਣਾ। ਜੱਗੇ ਹੇਠਲੀ ਉਤਨੀਆਂ ਲਾਈਆਂ ਤਾਂ ਹੋ ਗਈਆ, ਤੇਰੇ ਵਿਰਾਹ ਦਾ ਪੰਨਾ ਮੈਂ ਚਾਵਣਾ ਹੀ ਚਾਵਣਾ, ਮੈਂ ਕੋਈ ਨਹੀਂ ਖਲੋਵਣਾ। ਚੰਗੀ ਕੀਤੀ ਹੈ, ਤੂੰ ਜ਼ਿਆਦਾ ਤੇਜ਼ ਪਈ ਬਣਨੀ ਹੈ, ਤੂੰ ਚੁੱਪ ਕਰਕੇ ਖਲੋ, ਮੈਂ ਮੂੰਹ ਦੇ ਉੱਤੇ ਮੇਰੇ ਸਿਰ ਰੱਖ ਕੇ। ਵੱਡਿਆਂ ਦੀ ਗੱਲ ਇਹ ਬੁਲਿੰਦਾ,
ਮਾਰਨ ਦੇ ਨੇ ਪਰਾ ਉਹ ਚੰਗਾ ਕੰਮ ਕਰਕੇ ਗਿਆ ਚਾਚਾ ਉਹਦਾ ਭਾਇਆ ਮੈਂ ਤੁਹਾਡੇ ਨਾਲ ਆ ਜਿੱਥੋਂ ਜਿੱਥੋਂ ਤੁਸੀਂ ਆ ਦੇ ਰਹੇ ਮੈਂ ਤੁਹਾਨੂੰ ਲਭਾਈਨਾ ਚੱਲ ਸਾਡੇ ਨਾਲ ਆ ਜਾ ਅਮਾ ਤੂੰ ਇੱਥੇ ਘਰ ਵਗ ਜਾ ਆਪਣੇ ਬੂਹੇ ਖੁੱਲੇ ਪੰਨ ਚੋਰੀ ਨਾ ਹੋ ਜਾਵੇ ਚੰਗਾ ਮਜਾ ਅੰਮੀ ਇਹਨਾਂ ਦੀ ਗੈਰਤ ਚੈੱਕ ਕਰ ਆਪਦੀ ਨੂੰ ਪਿਆਰੀ ਕੀਤੀ ਖੋਤਨ ਨੇ ਤੇ ਮੇਰੇ ਵਾਲੇ ਦੇਵਰ ਨੂੰ ਮਾਰੂ ਨੇ ਕਿਵੇਂ ਮਾਰ ਲੈ ਹੁਣ ਇੱਥੇ ਘਰੇ ਬਦ ਹੁੰਦਾ ਨਾ ਉਸ ਤੋਂ ਪੁੱਛ ਤੇ ਛੱਡ ਲਿਆਵਾਂ ਅੱਬਾ ਕੀ ਛੱਡ ਲਿਆਉਂ ਐ ਪੁੱਤਰੋ ਜੋਟੀ ਲੱਭਦੀ ਪਈ ਐ ਆ ਦਿੱਤੇ ਅੱਛਾ ਤੇ ਮਾਇਆ ਖਿਓਲ ਛੱਡ ਲਵਾਂ ਸਾਨੂੰ ਪੁੱਛਤੇ ਓਏ ਹੋਏ ਅੱਬਾ ਤੈਨੂੰ ਅੱਗੇ ਵੀ ਪਤਾ ਆਪਾਂ ਜੋਟੀਆਂ ਸੀਰਤ ਰੱਖਨੇ ਹੁੰਨੇ ਤੇ ਤੂੰ ਛੱਡ ਲਿਆ ਪੁੱਛਣ ਵਾਲੀ ਕਿਹੜੀ ਗੱਲ ਐ ਚਲੋ ਠੀਕ ਐ ਮੇਰਾ ਪੁੱਤਰ ਮੈਂ ਛੱਡ ਲਿਆਉਂਦਾ ਚੱਲ ਜਾ ਔਰ ਛੇਤੀ ਆਵੀਂ ਉਹਨਾਂ ਨੂੰ ਅਨਸਰ ਵੀ ਆ ਜਾਂਦਾ ਮੈਂ ਉਹਦੇ ਨਾਲ ਗੱਲ ਕਰ ਲੈਣੀ ਖਰੇ ਉਹ ਕੀ ਦੇ ਗਿਆ ਦੱਸਦਾ ਪੁੱਛਦਾ ਹੈ ਕੋਈ ਨਾ जोटी ले लवी सीर ते ओ जोटी भी ला लेने ते तू जा इनन कोई पानी शानी दे पिवा ठीक है मैं ले आनी ते तू आई कर बोतल ही लाया बोतल ले आवा हां ए कर लेना के मैं दुकान तू बोतल ले आउना भाई केड़ी बोतल पीसो बिल्लो केड़ी शौक ना पीनी दस काली काली चलो ठीक है मैं काली लाया हूं ना ते रोटी भी नाल पका भी है हां हां रोटी भी पका छड़े असि सफर सारा करना हम राज के तो खांदे बसा ओ मेरीया तो मियां भूखा ही मरियां पईयां क्यों बाव दाड़ियां भूखा मरियां पईयां ने नी भैण है इदी फुफी मर गई ते असि उदे जांदे पए हैं ता इदियां भूखा मरियां पईयां हाय किन्नी उम्र दी ओ आई ओ भावे ओदी जितनी भी उम्र है तू कोई ओनु परनावणा है मैनू पता है ओदियां क्यों भूखा मरियां पईयां निकाह बगैर का नहीं जामन देंदा इत्थे निकाह मैं बेलना पर निकाह जल्दी करा लिया इत्थे मेरा दिल को नहीं लगना इधर देख ना सोच जाइए ओए यार मेरा जिगरी यार खतरे वाली गल इत्थे कोई नहीं आ गया मेरा पुत्र किधर है जल्दी करो तकलीफ मैनू आंदी है तेरे कलेजे नूं मुठ पंदी है बावजूद ही बर्दाश्त कर जैसे तो मुड़े इस गरीब उत्तू पर ला जा मैं नहीं छड़ना इस मैंने भी सह के लुटिया ऐसा हरामदान तो मैं शिकवंजी बनाऊंगा इस शिकवंजी भी नहीं पीती मेरी मंगेतर ला के तितरिया बह गई सदाया कि मैं कोई नहीं सदाया भूत ने आपे लाया अंदा है साढ़े त्रे बजे का टाइम बने होया हाँ अच्छा ये मतलब इस टाइम तू पहलू सदाया ओ ये तू घर लेके आया हाँ जी अबू जी मैं घर लेके आया हूँ जो आप दे घर च गैर बंदे नु बाढ़ सोना ते इयो जे नतीजा लभना चलो कोई गल नहीं मेरे पुत्र मैं निकाह तेरे अजो करी ना वे ते कुकड़ ते काम कर जाके मिलना दे विच तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।